ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਵਾਸਤੇ ਇੱਥੇ ਜਹੇਦਾਰ ਸਾਹਿਬਾਨਾਂ ਦੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਦੀ ਸੰਗਤ ਹਰ ਸਾਲ ਵਾਂਗੂ ਇੱਥੋਂ ਚਾਲੇ ਪਾ ਰਹੀ ਹੈ। ਅਸੀਂ ਸਾਰਿਆਂ ਨੇ ਗੁਰੂ ਦੇ ਚਰਨ ਪਰਸੇ ਆ, ਸੱਚੇ ਪਾਤਸ਼ਾਹ ਦੇ ਬਖਸ਼ਿਸ਼ਾਂ ਲਈਆਂ ਨੇ ਔਰ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀ ਹੈ ਕਿ ਇਸੇ ਤਰ੍ਹਾਂ ਪੰਥ ਪੰਜਾਬ ਸਦਾ ਚੜ੍ਹਦੀ ਕਲਾ 'ਚ ਰਵੇ, ਖੁਸ਼ ਰਵੇ, ਭਾਈਚਾਰਕ ਸਾਂਝ ਅਮਨ ਸ਼ਾਂਤੀ ਇਸੇ ਤਰ੍ਹਾਂ ਬਣਿਆ ਰਹੇ। ਬਹੁਤ ਬਹੁਤ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਅੱਜ ਧੰਨ ਧੰਨ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਜੋ ਯਾਦ 'ਚ ਇਹ ਨਗਰ ਕੀਰਤਨ ਹੈ, ਸਭ ਨੂੰ ਬਹੁਤ ਬਹੁਤ ਵਧਾਈ। ਗੁਰੂ ਕਿਰਪਾ ਕਰੋ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਰੇ ਜਗਤ ਦੀ ਸੰਗਤ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 391ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਸਾਧ ਸੰਗਤ ਜੀ, ਇਹ ਨਗਰ ਕੀਰਤਨ 23ਵਾਂ ਚੇਤਨਾ ਮਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਇਆ ਔਰ ਇਸ ਤੋਂ ਪੜਾ ਦਰ ਪੜਾ ਚੱਲ ਕੇ ਲੁਧਿਆਣੇ ਤੋਂ ਖੰਨਾ ਖਾਨੇ ਤੋਂ ਰਾਤਰੀ ਵਿਸ਼ਰਾਮ ਫਤਿਹਗੜ੍ਹ ਸਾਹਿਬ ਹੋਏਗਾ। ਉੱਥੇ ਨਾਟਕ ਹੋਏਗਾ ਗੁਰੂ ਕੇ ਬੇਟੇ ਅਤੇ ਲਾਲਾਂ ਦੀ ਕੁਰਬਾਨੀ, ਰਾਤ 8 ਵਜੇ ਤੋਂ 11 ਵਜੇ ਤੱਕ। 4 ਤਰੀਕ ਨੂੰ ਸਵੇਰੇ 6:30 ਵਜੇ ਅਖੰਡ ਸਾੜ ਦੇ ਭੋਗ ਤੋਂ ਬਾਅਦ 7 ਵਜੇ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ। ਪਹਿਲਾਂ ਅਸੀਂ ਉੱਚਾ ਪਿੰਡ, ਮਰੰਡਾ, ਚਮਕੌਰ ਸਾਹਿਬ, ਪਰਿਵਾਰ ਵਿਛੋੜਾ ਸਾਹਿਬ, ਕੀਰਤਪੁਰ ਸਾਹਿਬ ਅਤੇ ਰਾਤਰੀ ਵਿਸ਼ਰਾਮ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਹੋਵੇਗਾ ਔਰ ਰਾਤ ਨੂੰ ਉੱਥੇ ਤਖ਼ਤ ਕੇਸ ਸਾਹਿਬ ਵਿਖੇ ਗੁਰੂ ਕੇ ਲਾਲਾਂ ਦੀ ਕੁਰਬਾਨੀ ਅਤੇ ਗੁਰੂ ਕੇ ਨਾਟਕ ਵਿਖਾਇਆ ਜਾਵੇਗਾ। 5 ਤਰੀਕ ਨੂੰ ਸਵੇਰੇ 8 ਅਖੰਡ ਪਾਠ ਦੇ ਭੋਗ ਤੋਂ ਬਾਅਦ 8 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਮਤ ਵਿਚਾਰਾਂ ਹੋਣਗੀਆਂ, ਉਸ ਉਪਰੰਤ ਇਹਦੀ ਸਮਾਪਤੀ ਹੋਵੇਗੀ। ਅਤੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 5 ਤਰੀਕ ਸ਼ਾਮ ਨੂੰ ਮੋਮਬੱਤੀਆਂ ਲਾਈਆਂ ਜਾਣ, ਲੜੀਆਂ ਲਾਈਆਂ ਜਾਣ, ਅਸਤ ਵਿੱਚ ਚਲਾਈ ਜਾਵੇ ਅਤੇ ਲੱਡੂ ਵੰਡੇ ਜਾਵੇ। ਸੋ ਆਇਓ ਹੀ ਸਾਰੀ ਸੰਗਤ ਦਾ, ਸਾਰੇ ਮੀਡੀਆ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸਮੂਹ ਜਥੇਬੰਦੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਾਵਨ ਦਿਹਾੜੇ 'ਤੇ ਆਪਣੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।